ਕਿਸਾਨਾਂ ਦੇ ਕਰਜ਼ ਮਾਫ਼ੀ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਵਿਰੋਧ ਜਤਾਇਆ ਜਾ ਰਿਹਾ ਹੈ। ਕਈ ਅਜਿਹੇ ਕਿਸਾਨ ਵੀ ਹਨ ਜਿਨ੍ਹਾਂ ਦਾ ਨਾਮ ਕਰਜ਼ ਮਾਫ਼ੀ ਦੀ ਲਿਸਟ ਵਿੱਚ ਵੀ ਸ਼ਾਮਿਲ ਨਹੀਂ ਅਤੇ ਉਹ ਆਪਣਾ ਵਿਰੋਧ ਜਤਾ ਰਹੇ ਹਨ। ਇਸ ਦੇ ਚੱਲਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਰੂਪਨਗਰ ਦੇ ਪਿੰਡ ਖਵਾਸਪੁਰ 'ਚ ਕਿਸਾਨਾਂ ਨਾਲ ਇੱਕ ਮੀਟਿੰਗ ਕੀਤੀ ਗਈ ਅਤੇ ਫੈਸਲਾ ਲਿਆ ਗਿਆ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ 8 ਤਰੀਕ ਨੂੰ ਲੁਧਿਆਣਾ ਵਿਖੇ ਮੀਟਿੰਗ ਕਰ ਅੱਗੇ ਦੀ ਰਣਨੀਤੀ 'ਤੇ ਚਰਚਾ ਕਰ ਵਿਰੋਧ ਪ੍ਰਦਰਸ਼ਨ ਕਰਨਗੇ। ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਖਵਾਸਪੁਰੇ ਪਿੰਡ ਵਿੱਚ ਕਿਸਾਨਾਂ ਦੇ ਕਰਜ਼ਿਆਂ ਸੰਬੰਧੀ ਜੋ ਸਰਕਾਰ ਦੀ ਨੀਤੀ ਆ ਉਹ ਗਲਤ ਹੈ ਉਹਦੇ ਸੰਬੰਧੀ ਵਿਚਾਰ ਕਰਨ ਵਾਸਤੇ ਅਤੇ ਸਰਕਾਰ ਦੀ ਨੀਤ ਵੀ ਸਾਫ਼ ਇਨਸਾਫ਼ ਨਹੀਂ ਹੈਗੀ ਉਸ ਸੰਬੰਧੀ ਮੀਟਿੰਗ ਰੱਖੀ ਹੈ। ਸਰਕਾਰ ਨੂੰ ਅਸੀਂ ਸਾਡੀ ਚੇਤਾਵਨੀ ਹੈ ਕਿ ਨੀਤੀ ਅਤੇ ਨੀਤ ਠੀਕ ਕਰਕੇ ਕਿਸਾਨਾਂ ਦੇ 2.5 ਏਕੜ ਤੱਕ ਦੇ 2 ਲੱਖ ਰੁਪਏ ਤੱਕ ਦੇ ਕਰਜ਼ੇ ਸਿੱਧੀ ਨੀਤ ਨਾਲ ਮਾਫ਼ ਕੀਤੇ ਜਾਣ। ਅਗਰ ਸਰਕਾਰ ਨੇ ਆਨਾਕਾਨੀ ਕੀਤੀ ਅਤੇ ਇਸ ਤਰ੍ਹਾਂ ਡੰਗ ਬੋਆ ਟਪਾਊ ਨੀਤੀਆਂ 'ਤੇ ਚੱਲਦੀ ਰਹੀ ਤਾਂ ਭਾਰਤੀ ਕਿਸਾਨਾਂ ਨੂੰ ਕਾਦੀਆਂ ਦੀ ਸੂਬਾ ਪੱਧਰੀ ਮੀਟਿੰਗ 8 ਤਰੀਕ ਨੂੰ ਹੁੰਦੀ ਹੈ ਲੁਧਿਆਣਾ ਵਿਖੇ, ਉਸ ਵਿੱਚ ਸਰਕਾਰ ਦੇ ਖਿਲਾਫ਼ ਸਖ਼ਤ ਐਕਸ਼ਨ ਲੈਣ ਲਈ ਪ੍ਰੋਗਰਾਮ ਉਲੀਕਾਂਗੇ। ਕਰਿਆ ਹੈ ਇਹ ਜਿਹੜਾ ਘਪਲੇਬਾਜ਼ੀ ਹੋ ਰਹੀ ਆ ਸਰਕਾਰ ਕਰਾ ਰਹੀ ਹੈ, ਸਰਕਾਰ ਦੀ ਮਿਲੀ ਭੁਗਤਾ ਇਹ ਜੋ ਕਿਸਾਨਾਂ ਦੇ ਕਰਜ਼ੇ ਆ 2.5 ਏਕੜ ਤੋਂ ਥੱਲੇ ਆ, 2-2 ਏਕੜ 1 ਏਕੜ ਵਾਲੇ ਵੀ ਹਨ ਜਿਨ੍ਹਾਂ ਦੇ ਕਰਜ਼ੇ ਨਹੀਂ ਮਾਫ਼ ਹੋਏ। ਇਸ ਕਰਕੇ ਅੱਜ ਅਸੀਂ ਇਹ ਮੀਟਿੰਗ ਰੱਖੀ ਹੈ ਆਪਣੇ ਬਲਾਕ ਪੱਧਰ ਦੀ, ਇਕੱਠੇ ਹੋਏ ਹਨ। ਇਸ ਕਰਕੇ ਅਸੀਂ ਗਾਹਾਂ ਸਰਕਾਰ ਦਾ ਦੇਖਦੇ ਹਾਂ, ਜੋ ਸਰਕਾਰ ਨੇ ਟਾਈਮ ਦਿੱਤਾ ਹੈ 10 ਤਰੀਕ ਦਾ, ਉਸ ਤੋਂ ਬਾਅਦ ਅਸੀਂ ਆਪਣੇ ਜ਼ਿਲ੍ਹਾ ਲੈਵਲ 'ਤੇ ਧਰਨਾ ਲਾਵਾਂਗੇ। ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਰਿਪੋਰਟ, ਚੈਨਲ 2।